ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇ ਬਣ ਜਾਰੀ ਕਰਤਾਰ ਸਿੰਘ ਸਰਾਭਾ ਸਿਰਗਾ ਦੀ ਵਿੱਚ ਪਹੁੰਚੀ ਵਿਸ਼ੇਸ਼ ਤੌਰ 'ਤੇ ਲੁਧਿਆਣਾ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਵਾਤਾਵਰਨ ਪ੍ਰੇਮੀ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦਿੱਤੀ ਜਾਣਕਾਰੀ। ਐਤਵਾਰ ਨੂੰ 8:30 ਵਜੇ ਦੇ ਲਗਭਗ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜੋ ਥਾਣਾ ਕੈਂਟ ਦੇ ਨੇੜੇ ਕਰਤਾਰ ਸਿੰਘ ਸਰਾਭਾ ਸਿਰਗਾ ਬਣਾਈ ਜਾ ਰਹੀ ਹੈ ਉਸ ਦੇ ਵਿੱਚ ਜੋ ਬੂਟੇ ਲਗਾਏ ਜਾਂਦੇ ਹਨ ਉਹ ਇਹਨਾਂ ਦੀ ਸਲਾਹ ਦੇ ਨਾਲ ਵਿਸ਼ੇਸ਼ ਤੌਰ 'ਤੇ ਲਗਾਏ ਜਾਣਗੇ ਅਤੇ ਅੱਜ ਇਹਨਾਂ ਨੂੰ ਬਕਾਇਦਾ ਤੌਰ 'ਤੇ ਲੁਧਿਆਣਾ ਤੋਂ ਸਪੈਸ਼ਲੀ ਬੁਲਾਇਆ ਗਿਆ ਹੈ। ਦੇਖ ਲਓ ਤਸਵੀਰਾਂ ਜਿੱਥੇ ਅੱਜ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਆ ਜੋ ਵਾਤਾਵਰਨ ਪ੍ਰੇਮੀ ਹਨ ਅਤੇ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਅੱਜ ਇੱਥੇ ਪੌਦੇ ਵੀ ਲਗਾਏ ਗਏ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇ ਦੀਆਂ ਜੋ ਸਰਦਾਰ ਕਰਤਾਰ ਸਿੰਘ ਸਰਾਭਾ ਸਿਰਗਾ ਬਣਾਈ ਜਾ ਰਹੀ ਹੈ ਉਸ ਦੀਆਂ ਤਸਵੀਰਾਂ ਜਿੱਥੇ ਅੱਜ ਵਿਸ਼ੇਸ਼ ਤੌਰ 'ਤੇ ਲੁਧਿਆਣਾ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਆ ਜੋ ਵਾਤਾਵਰਨ ਪ੍ਰੇਮੀ ਹਨ ਅਤੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਇੱਥੇ ਪੌਦੇ ਵੀ ਲਗਾਏ ਗਏ। ਹਾਂਜੀ, ਡਾਕਟਰ ਬਲਵਿੰਦਰ ਲੱਖੇਵਾਲੀ ਜੀ ਜੋ ਵਾਤਾਵਰਨ ਪ੍ਰੇਮੀ ਨੇ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਬਠਿੰਡਾ ਸ਼ਹਿਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਕਿਉਂਕਿ ਅਸੀਂ ਜੋ ਕਰਤਾਰ ਸਿੰਘ ਸਰਾਭਾ ਸੈਰਗਾਹ ਬਣਾ ਰਹੇ ਹਾਂ ਉਹ ਖਾਸ ਕਰਕੇ ਮੇਰਾ ਅਤੇ ਸਾਡੇ ਐਕਸ਼ਨ ਸਾਹਿਬ ਡ੍ਰੀਮ ਪ੍ਰੋਜੈਕਟ ਹੈ। ਅਸੀਂ ਇਸ ਨੂੰ ਬਹੁਤ ਖੂਬਸੂਰਤ ਅਤੇ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਲੋਕ ਇੱਥੇ ਆ ਕੇ ਸੈਰ ਕਰਦੇ ਆ। ਸੋ ਅੱਜ ਇਹਨਾਂ ਦਾ ਰਾਇ ਮਸ਼ਵਰੇ ਅਸੀਂ ਆ ਇਹਨਾਂ ਦਾ ਤਜਰਬਾ ਅਸੀਂ ਇਹਨਾਂ ਤੋਂ ਲਿਆ ਔਰ ਇਹਨਾਂ ਦਾ ਸਵਾਗਤ ਕਰਦੇ ਹਾਂ। ਇਹਨਾਂ ਨੇ ਬੜੇ ਵਧੀਆ ਵਿਚਾਰ ਸਾਨੂੰ ਦਿੱਤੇ ਆ ਔਰ ਜੋ ਵੀ ਇਹਨਾਂ ਨੇ ਸਾਨੂੰ ਸੁਝਾਅ ਦਿੱਤੇ ਆ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ। ਇਹ ਸਾਡੀ ਡਿਊਟੀ ਹੈ। ਜਿਵੇਂ ਇਹਨਾਂ ਨੇ ਕਿਹਾ ਵੀ ਕੋਈ ਵੀ ਇਹੋ ਜਿਹੇ ਜਿਹੜੇ ਥਾਂ ਨੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੇ ਆ। ਸੋ ਸਾਡਾ ਜਿਹੜਾ ਜ਼ਿੰਮੇਵਾਰੀ ਆ ਉਸ ਜ਼ਿੰਮੇਵਾਰੀ ਨੂੰ ਅਸੀਂ ਅਤੇ ਸਾਡਾ ਸਮੁੱਚਾ ਸਟਾਫ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰਤਿਆਰ ਹੈ ਔਰ ਸਾਨੂੰ ਇੱਥੋਂ ਦੇ ਲੋਕਾਂ ਤੋਂ ਸੁਸਾਇਟੀਆਂ ਤੋਂ ਪੂਰੀ ਆਸ ਹੈ ਕਿਉਂਕਿ ਉਹ ਵੀ ਸਾਨੂੰ ਪੂਰਾ ਸਹਿਯੋਗ ਕਰਦੇ ਆ। ਸੋ ਜੇ ਮੈਂ ਤੁਹਾਨੂੰ ਕਿਹਾ ਵੀ ਸਾਡਾ ਡ੍ਰੀਮ ਪ੍ਰੋਜੈਕਟ ਹੈ ਇਸ ਕਰਕੇ ਇਸ ਨੂੰ ਵਧੀਆ ਬਣਾਉਣਾ ਸਾਡੀ ਜ਼ਿੰਮੇਵਾਰੀ ਆ। ਅਸੀਂ ਇਸ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਉਣ ਦੇ ਲਈ ਵਚਨਬੱਧ ਹੈ। ਸੋ ਅੱਜ ਸਾਰੇ ਜਿਹੜੇ ਇੱਥੇ ਵਾਤਾਵਰਨ ਪ੍ਰੇਮੀ ਸਾਡੇ ਦੋਸਤ ਮਿੱਤਰ ਆਏ ਆ ਸਾਰਿਆਂ ਦਾ ਅਤੇ ਡਾਕਟਰ ਸਾਹਿਬ ਦਾ ਮੈਂ ਸ਼ਹਿਰ ਨਿਵਾਸੀਆਂ ਬਠਿੰਡਾ ਵੱਲੋਂ ਮੈਂ ਪੂਰਨ ਤੌਰ 'ਤੇ ਸਵਾਗਤ ਕਰਦਾ, ਧੰਨਵਾਦ ਕਰਦਾ। ਬਠਿੰਡਾ ਪਹੁੰਚ ਕੇ ਮੈਨੂੰ ਕਾਫੀ ਦਿਨਾਂ ਤੋਂ ਚੇਅਰਮੈਨ ਸਾਹਿਬ ਦਾ, ਬਾਂਸਲ ਸਾਹਿਬ ਦਾ ਅਤੇ ਹੋਰ ਬੜੇ ਸੱਜਣਾਂ ਦਾ ਫੋਨ ਆ ਰਿਹਾ ਸੀ ਕਿ ਵੀ ਆ 1 ਕਿਲੋਮੀਟਰ ਲੰਮੀ ਸੈਰ ਦੀ ਸਟੇਪ ਬਣ ਰਹੀ ਆ, ਵੀ ਇਹਦੀ ਵਿਉਂਤਬੰਦੀ ਕਰ ਰਹੇ। ਉਹ ਇਸ ਗੱਲ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ। ਜ਼ਿਆਦਾਤਰ ਨਹੀਂ ਤਾਂ ਸਾਡੇ ਨਾਲ ਜਦੋਂ ਕੰਮ ਹੋ ਜਾਂਦਾ ਉਦੋਂ ਬਾਅਦ ਜਦੋਂ ਉਦਘਾਟਨ ਵੇਲੇ ਬੰਦੇ ਨੂੰ ਪੁੱਛਿਆ ਜਾਂਦਾ ਵੀ ਇਹਦੇ 'ਚ ਅਸੀਂ ਕੀ ਕਰ ਲੈਂਦੇ, ਹੋਰ ਕੀ ਕਰੀਏ, ਤੇ ਜਦੋਂ ਕੰਮ ਚੱਲ ਰਿਹਾ ਹੋਵੇ ਜਾਂ ਸ਼ੁਰੂ ਹੋਇਆ ਹੋਵੇ ਉਦੋਂ ਵਿਉਂਤਬੰਦੀ ਆਪਾਂ ਕਰਦੇ ਹਾਂ ਤਾਂ ਰਿਜ਼ਲਟ ਬਿਹਤਰ ਰਹਿੰਦੇ ਆ। ਸੋ ਇਹ 1 ਕਿਲੋਮੀਟਰ ਦੀ ਸਟੈਪ ਬਣ ਜਾ ਰਹੀ ਹੈ ਜਿਹਦੇ 'ਚ ਆਸੇ ਪਾਸੇ ਪਟੇਲ ਨਗਰ ਜਾਂ ਹੋਰ ਵੀ ਜਿਹੜੇ ਸਮਾਜ ਦੇ ਲੋਕ ਨੇ ਲੋਕ ਇੱਥੇ ਆਇਆ ਕਰਨਗੇ, ਸੈਰ ਕਰਿਆ ਕਰਨਗੇ। ਤਾਂ ਮੇਰੀ ਇਹੀ ਆ ਕਿ ਜਿਵੇਂ ਹੁਣ ਅੱਜ ਇੰਨੀ ਸ਼ਿੱਦਤ ਨਾਲ ਚਾਹੇ ਸਰਕਾਰ ਹੈ ਚਾਹੇ ਸਮਾਜਿਕ ਸੰਸਥਾਵਾਂ ਨੇ ਜਾਂ ਕੁਛ ਵਿਅਕਤੀ ਵਿਸ਼ੇਸ਼ ਲੱਗੇ ਹੋਏ ਨੇ, ਚੀਜ਼ ਨੂੰ ਬਣਾਉਣਾ ਬਹੁਤ ਸੌਖਾ, ਮੇਨਟੇਨ ਕਰਨਾ ਬਹੁਤ ਔਖਾ। ਮੇਨਟੇਨ ਕਰਨ ਵਾਸਤੇ ਜੇ ਅਸੀਂ ਸਰਕਾਰਾਂ ਵੱਲ ਸਮਾਜ ਤੇ ਸੰਸਥਾਵਾਂ ਵੱਲ ਵੇਖਾਂਗੇ ਫਿਰ ਮੇਨਟੇਨ ਘੱਟ ਹੁੰਦੀਆਂ ਨੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਇਹ ਕੰਮ ਬੜੀ ਸ਼ਿੱਦਤ ਨਾਲ ਹੋ ਰਿਹਾ, ਨੁਕਸ ਕੱਢਣੇ ਬਹੁਤ ਸੌਖੇ ਹੁੰਦੇ ਜੀ, ਇੱਥੋਂ ਆਹ ਕਰ ਲੈਂਦੇ ਆਏ, ਤਾਂ ਜਿਹੜਾ ਜਿਹੜੇ ਬਠਿੰਡਾ ਵਾਸੀ ਨੇ ਉਹ ਸਾਰੇ ਇਹਦੇ ਵਿੱਚ ਯੋਗਦਾਨ ਪਾਉਣ। ਸਲਾਹਾਂ ਦੀ ਵੀ ਲੋੜ ਹੁੰਦੀ ਹੈ ਅਤੇ ਸਹਿਯੋਗ ਦੀ ਵੀ ਲੋੜ ਹੁੰਦੀ ਹੈ। ਇਹਨੂੰ ਮੈਂ ਜਿਵੇਂ ਆ ਕੇ ਕਿਹਾ ਕਿ ਇਹਨੂੰ ਪੋਲਿਊਸ਼ਨ ਫ੍ਰੀ 1 ਜ਼ੋਨ ਘੋਸ਼ਿਤ ਕਰੋ ਤਾਂ ਜੋ ਇਹਨੂੰ ਦੇਖ ਕੇ ਫਿਰ ਹੋਰ ਬਠਿੰਡੇ ਦੇ ਆਸੇ ਪਾਸੇ ਜਾਂ ਹੋਰ ਲੋਕ ਹੋਰ ਸ਼ਹਿਰਾਂ ਵਾਲੇ ਵੀ ਸਿੱਖਣ ਕਿ ਹਾਂ ਕਿੱਦਾਂ 1 ਕਿਲੋਮੀਟਰ ਦੀ ਸੈਰ ਦੀ ਸਟੈਪ ਕਿੰਨੀ ਸੋਹਣੀ ਹੋ ਸਕਦੀ ਹੈ। ਇਹ 'ਚ ਬੂਟੇ ਵਿਉਂਤਬੰਦੀ
ਇਹਨਾਂ ਨੇ ਮੈਨੂੰ ਕਿਹਾ ਕਿ ਕਰ ਦਿਓ, ਇਹ 'ਚ ਆਪਾਂ ਦਵਾਈਆਂ ਵਾਲੇ ਬੂਟੇ ਵੀ ਲਾਵਾਂਗੇ, ਆਪਾਂ ਫੁੱਲਾਂ ਵਾਲੇ ਵੀ ਲਾਵਾਂਗੇ, ਮਹਿਕਾਂ ਵਾਲੇ ਵੀ ਲਾਵਾਂਗੇ, ਪਰ ਉਹ ਚੱਲਣਗੇ ਤਾਂ ਹੀ, ਮਹਿਕਣਗੇ ਤਾਂ ਹੀ, ਦਵਾਈਆਂ ਤਾਂ ਦੇਣਗੇ ਜੇ ਪਬਲਿਕ ਇਨਵੋਲਵ ਹੋਊਗੀ। ਕਮਿਊਨਿਟੀ ਇਨਵੋਲਵਮੈਂਟ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਅਸੀਂ ਸਾਰੇ ਰੋਟੀ ਖਾਂਦੇ, ਬਹੁਤ ਨੁਕਸ ਕੱਢਦੇ, ਬਹੁਤ ਕਰਦੇ ਹਾਂ। ਮੈਂ ਬਠਿੰਡੇ ਵਾਲਿਆਂ ਨੂੰ ਮਾੜਾ ਨਹੀਂ ਕਹਿ ਰਿਹਾ, ਸਾਰੇ ਇਹ ਇੱਕ ਹਿਊਮਨ ਸਾਈਕੋਲੋਜੀ ਆ, ਇਹ ਸਾਰੇ ਹੀ ਹੁੰਦਾ ਇੱਦਾਂ। ਬਟ ਸਾਰੇ ਵਿਭਾਗ, ਸਾਰੇ ਸਰਕਾਰਾਂ, ਸਾਰੇ ਆਪਾਂ ਆਪਣਾ ਯੋਗਦਾਨ ਪਾਈਏ, ਅਤੇ ਅਸੀਂ ਇੱਕ ਇਸ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਆਪਾਂ ਸਾਰੇ 'ਚ ਇਹ ਯੋਗਦਾਨ ਪਾਈਏ ਕਿ ਆਪਾਂ ਇਹਦੀ ਸਾਂਭ ਸੰਭਾਲ 'ਚ, ਇਹਦੀ ਖੂਬਸੂਰਤੀ 'ਚ ਯੋਗਦਾਨ ਪਾਈਏ, ਤਾਂ ਕਿ ਲੋਕ ਦੇਖਣ ਕਿ ਹਾਂ ਯਾਰ ਬਠਿੰਡੇ ਵਾਲੇ ਨੇ ਕੁਛ ਕੀਤਾ। ਕੀ ਕਾਰਨ ਮੰਨਦੇ ਹੋ ਪੰਜਾਬ 'ਚੋਂ ਵੱਡੀ ਪੱਧਰ 'ਤੇ ਜਿਹੜੇ ਦਰੱਖਤ ਆ ਜਾਂ ਆਪਾਂ ਕਦੀ ਵਿਰਾਸਤੀ ਪੌਦੇ ਉਹ ਗਾਇਬ ਹੋ ਚੁੱਕੇ ਆ ਪੁਰਾਤਨ, ਤੇ ਲੋਕ ਜਦੋਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਗੱਲਾਂ ਬਹੁਤ ਵਧੀਆ ਕਰਦੇ ਆ ਪਰ ਐਕਚੁਅਲ 'ਚ ਉਹਨਾਂ ਦਾ ਪ੍ਰੈਕਟੀਕਲੀ ਨਜ਼ਰ ਨਹੀਂ ਆਉਂਦਾ? ਐਕਚੁਅਲੀ ਜੀ ਇਹਦੇ 'ਚ ਦੋ ਤਿੰਨ ਗੱਲਾਂ ਨੇ ਵੀ, ਇੱਕ ਤਾਂ ਜਿਹੜੀ ਸਾਡੀ ਪ੍ਰਾਇਓਰਟੀ ਆ ਹੈ ਨਾ, ਉਹ ਰੁੱਖ ਬੂਟੇ ਰਹੇ ਨਹੀਂ, ਕਿਉਂਕਿ ਜਿਹੜੀਆਂ ਕੁਛ ਚੀਜ਼ਾਂ ਨਾ ਸਾਨੂੰ ਰੱਬ ਨੇ ਬੇਅੰਤ ਦਿੱਤੀਆਂ ਨੇ, ਉਹਦੇ ਵਿੱਚ ਹਵਾ ਹੈ, ਪਾਣੀ ਹੈ, ਹੈ ਨਾ, ਅਤੇ ਅਸੀਂ ਉਹ ਬੇਅੰਤ ਚੀਜ਼ਾਂ ਦੀ ਬੇਅਦਬੀ ਕਰਦੇ ਹਾਂ। ਮੈਨੂੰ ਸਾਨੂੰ ਲੱਗਦਾ ਵੀ ਬਹੁਤ ਸਾਹ ਤਾਂ ਆ ਹੀ ਜਾਣਾ, ਪਾਣੀ ਤਾਂ ਮਿਲ ਹੀ ਜਾਣਾ, ਹੈ ਨਾ। ਪਰ ਹੁਣ ਪਰਸੋਂ ਚੌਥੇ ਦੀ ਨਿਊਜ਼ ਸੀਗੀ, ਇੱਕ ਰਿਪੋਰਟ ਆਈ ਹੈ 2021 ਦੀ, ਵੀ 2021 ਦੇ ਵਿੱਚ 80 ਲੱਖ ਤੋਂ ਪਲੱਸ ਲੋਕਾਂ ਦੀ ਡੈਥ ਹੋਈ ਆ, ਜਿਹ 'ਚ ਬੱਚੇ ਵੀ ਬਹੁਤ ਸੀ, ਹਵਾ ਦੇ ਪ੍ਰਦੂਸ਼ਣ ਨਾਲ। ਅਤੇ ਤੁਸੀਂ ਦੇਖੋ ਵੀ ਸਮਾਜ ਦੇ, ਸਾਡੇ ਇਸ ਪੂਰੇ ਵਿਸ਼ਵ ਦੇ ਵਿੱਚ 200 ਤੋਂ ਪਲੱਸ ਦੇਸ਼ ਨੇ, ਅਤੇ ਇਕੱਲੇ ਭਾਰਤ ਦੇ ਵਿੱਚੋਂ 80 ਲੱਖ ਦੇ ਵਿੱਚੋਂ 20 ਲੱਖ ਪਲੱਸ ਮੌਤਾਂ ਤਾਂ ਸਾਡੇ ਭਾਰਤ 'ਚੋਂ ਹੋਈਆਂ ਨੇ। ਇਹਦਾ ਮਤਲਬ ਸਾਡੇ ਲਈ ਪ੍ਰਾਇਓਰਟੀ ਨਹੀਂ ਲੈ ਗਈ, ਅਸੀਂ ਗੱਲਾਂ ਕਰਦੇ ਸੋਚਦੇ ਨਹੀਂ ਹੈਗੇ ਵੀ ਹਵਾ ਦਾ ਕੀ ਹਾਲ ਚੁੱਕਿਆ, ਪਾਣੀ ਦਾ ਕੀ ਹਾਲ ਆ। ਪਾਣੀ ਤੁਸੀਂ ਆਪਣੇ ਖਾਸ ਕਰਕੇ ਆ ਜਿਹੜਾ ਸਾਊਥ ਵੈਸਟ ਮਾਲਵਾ ਹੈਗਾ, ਤੇ ਅੱਜ ਜਦੋਂ ਬੰਦੀ ਹੁੰਦੀ ਹੈ ਸਾਰੇ ਪਾਣੀ ਦੇ ਟੈਂਕਰਾਂ ਨੂੰ ਲੱਭਣ ਲੱਗ ਜਾਂਦੇ ਆ, ਹੈ ਨਾ। ਤਾਂ ਉਹ ਜੇ ਅਸੀਂ ਚਾਹੁੰਦੇ ਹਾਂ, ਕਿਉਂਕਿ ਸ੍ਰਿਸ਼ਟੀ ਦਾ ਮੂਲ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਸੀ ਰੁੱਖ ਨੇ, ਚਾਹੇ ਸਾਨੂੰ ਹਵਾ ਚਾਹੀਦੀ ਹੈ, ਚਾਹੇ ਸਾਨੂੰ ਪਾਣੀ ਚਾਹੀਦਾ, ਸਾਨੂੰ ਚਾਹੇ ਦਵਾਈਆਂ, ਫਿਰ ਅਸੀਂ ਡਿਸਾਈਡ ਕਰਨਾ ਕਿ ਦਵਾਈਆਂ ਪੱਤੇ 'ਚੋਂ ਕੱਢ ਕੇ ਖਾਣੀਆਂ ਕਿ ਰੱਬ ਦੀਆਂ ਦਿੱਤੀਆਂ ਹੋਈਆਂ ਖਾਣੀਆਂ ਨੇ। ਤਾਂ ਉਹ ਇਹ ਚੀਜ਼ਾਂ ਨੇ ਜਦੋਂ ਜਿਹੜਾ ਮਨੁੱਖ ਜਾਂ ਜਿਹੜੀਆਂ ਸੰਸਥਾਵਾਂ ਇਸ ਪ੍ਰਾਇਓਰਟੀ ਨੂੰ ਸਮਝ ਲੈਂਦੀਆਂ ਨੇ ਕਿ ਇਹਦਾ ਸਾਡਾ ਇੰਪੋਰਟੈਂਸ ਆ, ਉੱਥੇ ਰੁੱਖ ਬੂਟੇ ਬਚਣੇ ਸ਼ੁਰੂ ਹੋ ਜਾਂਦੇ, ਵਧਣੇ ਸ਼ੁਰੂ ਹੋ ਜਾਂਦੇ ਆ, ਜਦੋਂ ਅਸੀਂ ਕਦਰ ਨਹੀਂ ਕਰਦੇ ਖਤਮ ਹੋ ਜਾਂਦੇ। ਹਰ ਗੱਲ ਲੋਕ ਸਰਕਾਰ ਦੇ ਸਿੱਟੇ 'ਚ ਡਿਵੈਲਪਮੈਂਟ ਦੀ ਗੱਲ ਕਰਦੇ ਆ, ਜਦੋਂ ਸੜਕਾਂ ਚੌੜੀਆਂ ਕਰਦੀਆਂ ਤਾਂ ਨੈਚੁਰਲੀ ਗੱਲ ਉਹ ਦਰਖਤ ਪੱਟਣੇ ਪੈਂਦੇ ਨੇ ਜੀ, ਪਰ ਹਰ ਬੰਦਾ ਉਸ ਗੱਲ ਨੂੰ ਲੈ ਕੇ ਚੱਲ ਜਾਂਦਾ ਵੀ ਸੜਕ ਚੌੜੀ ਕਰਦੀ ਉਹਨੂੰ ਤਾਂ ਨਹੀਂ ਕਹਿੰਦੇ ਪਰ ਸਾਨੂੰ ਕਹੀ ਜਾਂਦੇ। ਸਰ ਮੈਂ ਅਕਸਰ ਹੀ ਕਹਿਣਾ ਹੁੰਦਾ, ਮੇਰੇ ਵਿਚਾਰ ਗੜੇ ਲੋਕਾਂ ਦੇ ਚੁੱਭ ਜਾਂਦੇ ਆ ਵੀ ਆਹ ਤਾਂ ਬਹੁਤ ਜ਼ਿਆਦਾ ਵੱਡਾ ਇਲਜ਼ਾਮ ਆ ਵੀ ਸੜਕਾਂ ਚੌੜੀਆਂ। ਪਹਿਲੀ ਗੱਲ ਤਾਂ ਅਸੀਂ ਸਾਰੇ ਕਹਿੰਦੇ ਵੀ ਹਾਂ ਜਦੋਂ ਅਸੀਂ ਕਾਰ ਘਰੋਂ ਬਾਹਰ ਕੱਢੀਏ, ਕਾਰ ਦੀ ਸਾਨੂੰ ਕੋਈ ਮੇਨਟੇਨੈਂਸ ਨਾ ਕਰਾਉਣੀ ਪਵੇ ਅਤੇ ਮਿੰਟੋ ਮਿੰਟੀ ਇੱਥੋਂ ਸੈਲਫ ਮਾਰੀਏ ਅਤੇ ਅਸੀਂ ਚਾਹੇ ਗੰਗਾਨਗਰ ਜਾਣਾ ਚਾਹੇ ਚੰਡੀਗੜ੍ਹ ਮਿੰਟੋ ਮਿੰਟੀ ਪਹੁੰਚੀਏ, ਉਹਦੇ ਲਈ ਹੁਣ ਤੁਸੀਂ ਲਿੰਕ ਰੋਡ 'ਤੇ ਤਾਂ ਜਾ ਨਹੀਂ ਸਕਦੇ, ਡਿਵੈਲਪਮੈਂਟ ਦੇ ਲਈ ਸਾਨੂੰ ਸੜਕਾਂ 'ਚ ਰੋਲ ਨਹੀਂ ਕਰਨੀ। ਪਰ ਉਹਦੇ ਨਾਲ ਨਾਲ ਸਾਨੂੰ ਜਿਹੜੀਆਂ ਜਦੋਂ ਡਿਵੈਲਪਮੈਂਟ ਚੱਲ ਰਹੀ ਹੁੰਦੀ ਆ ਉਦੋਂ ਸਾਨੂੰ ਉਹਦੇ ਵਿੱਚ ਯੋਗਦਾਨ ਇਹ ਦੇਖਣਾ ਚਾਹੀਦਾ ਵੀ ਹਾਂ ਜੋ ਪਲਾਨ ਹੋ ਰਿਹਾ ਉਹਦੇ ਵਿੱਚ, ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਨੈਸ਼ਨਲ ਹਾਈਵੇ ਬਣਦੇ ਉਹ 'ਚ ਲੋਕ ਫਿਰ ਵੀ ਇਨਵੋਲਵ ਰਹਿੰਦੇ, ਹੁਣ ਡਿਪਟੀ ਕਮਿਸ਼ਨਰ ਰਹਿੰਦੇ ਆ, ਜਿੱਥੇ ਤੁਹਾਨੂੰ ਲੱਗਦਾ ਕਿ ਆਹ ਚੀਜ਼ ਧੱਕਾ ਹੋ ਰਿਹਾ ਤੁਸੀਂ ਜਾ ਕੇ ਗੱਲ ਕਰੋ ਕਿ ਯਾਰ ਹਾਂ ਪੁਰਾਣੇ ਵਿਰਾਸਤੀ ਰੁੱਖ ਖੜੇ ਹੋਏ ਆ ਇਹਨੂੰ ਨਾ ਵੱਢੋ, ਹੈ ਨਾ। ਔਰ ਦੂਸਰੀ ਗੱਲ ਜਿਹੜੀ ਮੈਂ ਗੱਲ ਕਹੀ ਸੀ ਕੌੜੀ ਲੱਗਦੀ ਹੈ ਕਿ ਜਿਹੜੇ ਰੁੱਖ ਇਕੱਲੇ ਜੇ ਅਸੀਂ ਟੋਟਲ ਪੰਜਾਬ ਦੇ ਟੋਟਲ ਲਿੰਕ ਅਤੇ ਨੈਸ਼ਨਲ ਹਾਈਵੇ ਦਾ ਜਿੰਨਾ ਵਿੱਚੋਂ ਏਰੀਆ ਲੱਗ ਪਾਈਏ ਵੀ ਉਹਦੇ ਆਸੇ ਪਾਸੇ ਜਿੰਨੇ ਰੁੱਖ ਖਤਮ ਹੋਏ ਆ ਉਹਦਾ ਕੰਪੈਰੀਜ਼ਨ ਜਦੋਂ ਅਸੀਂ ਜਿਹੜੇ ਰੁੱਖ ਸਾਡੇ ਖੇਤਾਂ 'ਚ ਲੱਗੇ ਸੀ ਜਿਹੜੇ ਸਾਡੇ ਘਰਾਂ 'ਚ ਲੱਗੇ ਸੀ ਜੇ ਉਹਦੇ ਨਾਲ ਡਾਟਾ ਕੰਪੇਅਰ ਕਰਦੇ ਤਾਂ ਬਹੁਤ ਥੱਲੇ ਆ ਸੜਕਾਂ ਦਾ। ਜ਼ਿਆਦਾ ਟਾਈਮ ਚਾਹ ਪੀ ਕੇ ਬੈਠੇ ਰਹਿੰਦੇ ਆ, ਛਾਂ ਹੁੰਦੀ ਆ, ਪਰ ਉਹ ਜੇ ਸਾਨੂੰ ਬੂਟਾ ਇਕੱਲਾ
ਜੇ ਮੰਨ ਲਓ ਵੀ ਸਾਡਾ 40 ਮਣ ਕਿਸੇ ਫਸਲ ਦਾ ਝਾੜ ਆ, ਜੇ ਉਹ 39 ਰਹਿ ਗਿਆ ਤੇ ਉਹਦੇ ਏਵਜ ਦੇ ਵਿੱਚ ਸਾਨੂੰ ਉੱਥੇ ਕਿੰਨੀਆਂ ਹੋਰ ਚੀਜ਼ਾਂ। ਮੈਂ ਹਮੇਸ਼ਾ ਕਹਿੰਦਾ ਵੀ ਖੇਤ ਦੇ ਵਿੱਚ ਮੋਟਰਾਂ ਦੇ ਉੱਤੇ ਤੁਹਾਡਾ 5-7 ਦਰਖਤ ਘੱਟੋ ਘੱਟ ਲੱਗੇ ਹੋਣੇ ਚਾਹੀਦੇ, ਨਿੰਮ ਲੱਗੀ ਹੋਣੀ ਚਾਹੀਦੀ ਆ, ਜਾਮਣ ਲੱਗੀ ਹੋਣੀ ਚਾਹੀਦੀ ਆ, ਬੇਰੀ ਲੱਗੀ ਹੋਣੀ ਚਾਹੀਦੀ। ਪਹਿਲਾਂ ਲੋਕ ਕਹਿੰਦੇ ਸੀ ਯਾਰ ਜਦੋਂ ਆ ਗਰਮੀ ਦੀਆਂ ਛੁੱਟੀਆਂ ਨਾ ਜਵਾਕ ਭੂਤਾਂ ਨੂੰ ਚਿੰਬੜੇ ਕਹਿੰਦੇ ਖੇਤੋਂ ਫੜ ਕੇ ਲਿਆਉਣੇ ਪੈਂਦੇ, ਹੁਣ ਉੱਥੇ ਛੱਡਿਆ ਤਾਂ ਸਟਾਰਟਰ ਆ ਇਕੱਲਾ, ਜਵਾਕਾਂ ਨੇ ਖੇਤ ਕੀ ਜਾਣਾ। ਫਿਰ ਅਸੀਂ ਕਹਿੰਦੇ ਕਿ ਜਵਾਕ ਅੱਜ ਕੱਲ੍ਹ ਨਵੀਂ ਪੀੜ੍ਹੀ ਖੇਤ ਨਹੀਂ ਜਾਂਦੀ, ਕੀ ਕਰਨ ਜਾਵੇ ਖੇਤ, ਠੇਕੇ ਤੇ ਦਿੱਤਾ ਹੋਇਆ ਸਟਾਰਟਰ ਲੱਗਿਆ ਹੋਇਆ, ਕੀ ਕਰਨ ਉਹ ਝੋਨਾ ਵੀ ਕਿਉਂ ਮੁੜਿਆ ਹੁਣ। ਇੱਕ ਔਰਤਾਂ ਦੀ ਸਮਾਜ ਵਿੱਚ ਬੜੀ ਵੱਡੀ ਭੂਮਿਕਾ, ਜ਼ਿਆਦਾਤਰ ਜਦੋਂ ਸ਼ਹਿਰਾਂ ਦੀ ਗੱਲ ਕਰਦੇ ਹਾਂ, ਜਦੋਂ ਕੋਠੀ ਦੇ ਜਾਂ ਮਕਾਨ ਦੇ ਅੱਗੇ ਕੋਈ ਦਰਖਤ ਲਾਉਂਦਾ ਤੇ ਪੱਤਿਆਂ ਦੀ ਗੱਲ ਉਹ ਕਰਦੀਆਂ ਵੀ ਪੱਤੇ ਡਿੱਗਦੇ ਨੇ ਤੇ ਗੰਦਗੀ ਫੈਲਦੀ। ਸਰ ਸਾਡਾ ਨਾ ਸਾਰੀਆਂ ਇਹਨਾਂ ਅਲਾਮਤਾਂ ਦਾ ਜਿਹੜਾ ਹੈਗਾ ਮੁੱਖ ਮੁੱਦਾ ਨਾ ਸਾਡਾ ਇੱਕੋ ਹੀ ਚੀਜ਼ ਆ। ਜਿਵੇਂ ਮੈਂ ਐਗਜ਼ਾਮਪਲ ਦੇ ਲਾਉਣਾ ਵੀ ਪਿੱਛੇ ਜੇ ਫਿਲਮ ਆਈ, ਉਹ ਹੀਰੋ ਨੂੰ ਪੁੱਛਿਆ ਗਿਆ ਵੀ ਹਿੰਦੀ ਫਿਲਮਾਂ ਕਿਵੇਂ ਚੱਲਦੀਆਂ, ਉਹ ਕਹਿੰਦੀ ਵੀ ਇੰਟਰਟੇਨਮੈਂਟ ਇੰਟਰਟੇਨਮੈਂਟ ਇੰਟਰਟੇਨਮੈਂਟ। ਜਿਹੜਾ ਇਹ ਵਾਤਾਵਰਨ ਦਾ ਮੁੱਦਾ ਨਾ ਇਹ ਹੈਗਾ ਲਾਈਫ ਸਟਾਈਲ, ਲਾਈਫ ਸਟਾਈਲ, ਲਾਈਫ ਸਟਾਈਲ, ਜੀਵਨ ਜਾਂਚ ਨਾਲ ਜੁੜਿਆ। ਜਿੰਨੀ ਜੀਵਨ ਜਾਂਚ ਸਾਡੀ ਕੁਦਰਤ ਪੱਖੀ ਹੋਊਗੀ, ਜਿੰਨੀ ਨੈਚੁਰਲ ਹੋਊਗੀ, ਉਨਾ ਹੀ ਉਹਦੀ ਇੰਪੋਰਟੈਂਸ ਰਹੂਗੀ। ਹੁਣ ਤੁਸੀਂ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਵੀ ਡਾਕਟਰ ਸਾਹਿਬ ਕੋਈ ਏਦਾਂ ਦਾ ਬੂਟਾ ਦੱਸੋ ਵੀ ਜਿਹਦਾ ਪੱਤੇ ਨਾ ਡਿੱਗਣ, ਜਿਹੜੀ ਤੁਸੀਂ ਗੱਲ ਕਹੀ। ਮੈਂ ਫਿਰ ਪਲਾਸਟਿਕ ਦਾ ਲਾ ਲਓ, ਹੁਣ ਇਹ ਹੋ ਸਕਦਾ ਕਿ ਵੀ ਆਹ ਨਿੰਮ ਜਿਹੜੀ ਤੁਸੀਂ ਲਾਈ ਆ ਪਿਛਲੇ ਪਾਸੇ 12 ਫੁੱਟ ਦੀ ਹੋਊਗੀ, ਹੈ ਨਾ 12-14 ਫੁੱਟ ਦੀ ਆ, ਇਹਨੇ ਜਦੋਂ 40 ਫੁੱਟ ਤੱਕ ਹੋਣਾ ਵੀ ਇਹ ਵੀ ਬੂਟੇ, ਇਹ ਵੀ ਪੱਤੇ ਲੱਗੇ ਰਹਿਣ ਤੇ ਨਵੇਂ ਵੀ ਆਈ ਜਾਣ, ਫਿਰ ਤੁਸੀਂ ਕਹਿੰਦੇ ਝਾੜ ਬਹੁਤ ਵੱਡਾ ਹੋ ਗਿਆ, ਹੈ ਨਾ। ਇਹ ਤਾਂ ਕੁਦਰਤੀ ਪਸੰਦ, 9.5 ਵੱਧਦੇ ਆ ਕੱਢਦੇ ਆ ਨਾ, 5.5 ਵਾਲ ਵੱਧਦੇ ਆ ਕੱਢਦੇ ਆ ਨਾ, ਅਸੀਂ ਰੋਜ਼ ਮਲ ਤੇ ਆਖਦੇ ਆ। ਇਹ ਕੁਦਰਤ ਦੇ ਵਿੱਚ ਜਿਹੜੀਆਂ ਪੈਦਾ ਹੋਈਆਂ ਚੀਜ਼ਾਂ ਨੇ ਉਹਨਾਂ ਨੇ ਵਧਣਾ ਫੁੱਲਣਾ, ਉਹਨਾਂ ਨੇ ਆਪਦੀਆਂ ਜਿਹੜੀਆਂ ਵੇਸਟ ਚੀਜ਼ਾਂ ਨੇ ਵਿਦ ਟਾਈਮ, ਇਹਨੂੰ ਤਾਂ ਲੋਕ ਜਿਹੜੇ ਸਿਆਣੇ ਤਾਂ ਹੁਣ ਗੋਰੇ ਤਾਂ ਪੱਤਿਆਂ ਨੂੰ ਜਿਹੜੇ ਹੈਗਾ ਕਾਲਾ ਸੋਨਾ ਕਹਿੰਦੇ, ਬਲੈਕ ਗੋਲਡ ਕਹਿੰਦੇ, ਕਿਉਂਕਿ ਇਹਦੀ ਖਾਦ ਬਣ ਜਾਣੀ ਹੈ। ਸਾਡਾ ਪੁੱਠਾ ਕੰਮ ਆ, ਜਿਹੜੇ ਅਸੀਂ ਸਾਡੇ ਪੱਤੇ ਡਿੱਗਦੇ ਆ ਉਹਨੂੰ ਚੱਕ ਕੇ ਅਸੀਂ ਰੂੜੀ 'ਚ ਸੁੱਟ ਦਿੰਦੇ ਹਾਂ ਤੇ ਬਾਜ਼ਾਰੋਂ ਫਿਰ ਉਹ ਘਰ ਵਾਲੇ ਨੂੰ ਬੀਬੀ ਕਹਿੰਦੀ ਅੱਜ ਖਾਦ ਲਿਆਈ, ਉਹ ਫਿਰ ਬਾਜ਼ਾਰੋਂ ਜਿਹੜੀ ਘਰੇ ਜਿਹੜੀ ਸਾਡੇ ਖੇਤ 'ਚ ਰੂੜੀ ਦੀ ਖਾਦ ਹੋ ਸਕਦੀ ਉਹ ਕਹਿੰਦਾ ਜੀ ਮੈਂ ਵਰਮੀ ਕੰਪੋਸਟ ਲੈ ਕੇ ਆਇਆ, ਜਾਂ ਮਾਲੀ ਪਤਾ ਨਹੀਂ ਕਿਹੜੀ ਖਾਦ ਕੋ ਕਿਹੜਾ ਨੁਕਤਾ 50-100 ਰੁਪਏ ਦਾ ਉਹ ਵੀ ਵੇਚ ਜਾਂਦੇ। ਸਾਨੂੰ ਕੋਈ ਵੀ ਚੀਜ਼ ਬਾਹਰੋਂ ਲੈਣ ਦੀ ਲੋੜ ਨਹੀਂ, ਜੇ ਤੁਸੀਂ ਕੁਦਰਤ ਦਾ ਸਰਕਲ ਦੇਖੋ ਤਾਂ ਸਾਰਾ ਕੁਝ ਇੱਥੇ ਮੌਜੂਦ ਹੈ। ਐਜੂਕੇਸ਼ਨ ਅਦਾਰਿਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ? ਸਮਾਜ ਵਿੱਚ ਬਹੁਤ ਲੋਕ ਪੜ੍ਹੇ ਲਿਖੇ ਆ, PhD, IAS, PCS ਕਰ ਲੈਂਦੇ, ਪਰ ਵਾਤਾਵਰਨ ਦੇ ਮਾਮਲੇ 'ਚ ਪਛੜਦੇ ਕਿਉਂ, ਕੀ ਕਾਰਨ ਮੰਨਦੇ? ਮੈਨੂੰ ਕਦੇ ਕਦੇ ਡਰ ਲੱਗ, ਘਰਦੇ ਵੀ ਕਹਿੰਦੇ ਤੁਸੀਂ ਬੋਲਦੇ ਬਹੁਤ ਸਿੱਧੇ ਹੋ, ਕਿਸੇ ਦਾ ਲੜ ਪੜ ਗਿਆ ਤੁਹਾਡਾ। ਇਹ ਜਿਵੇਂ ਉਹ ਸੜਕਾਂ 'ਤੇ ਲਿਖ ਜਾਂਦਾ ਵੀ ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ, ਉਹ ਵੀ ਨਾ ਡਿਗਰੀਆਂ ਅਤੇ ਅਕਲ ਦਾ ਕੋਈ ਮੇਲ ਨਹੀਂ ਹੈ, ਜਿਹਨੂੰ ਆ ਗਈ ਜਿਹਨੂੰ ਨਹੀਂ ਇਹ ਨਹੀਂ ਆ। ਇਹ ਜੇ ਬਹੁਤ ਲੋਕ ਮੈਂ ਜਿੰਨੇ ਜਿਹੜੇ ਵਿਚਾਰੇ ਸਕੂਲ ਵੀ ਨਹੀਂ ਗਏ ਸਰ, ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਕਦੇ PhD ਕੀਤੇ? ਵਾਤਾਵਰਨ ਉਦੋਂ ਸਾਫ਼ ਸੀ ਕਿ ਹੁਣ ਹੈ? ਹੁਣ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ, ਹੁਣ ਦੁਕਾਨਾਂ ਤੋਂ ਡਿਗਰੀਆਂ ਮਿਲੀ ਜਾਂਦੀਆਂ ਨੇ, ਤੇ ਉਹ ਸਾਨੂੰ ਕਿਤੇ ਨਾ ਕਿਤੇ ਸੰਸਥਾਵਾਂ ਦੇ ਵਿੱਚ। ਮੈਂ ਤੁਹਾਨੂੰ ਜਮਾ ਸਿਰੇ ਦੀ ਐਗਜ਼ਾਮਪਲ ਦੱਸਦਾ, ਪਿਛਲੇ 15 ਕੁ ਦਿਨ ਪਹਿਲਾਂ, 15 ਵੀ ਸ਼ਾਇਦ ਜ਼ਿਆਦਾ ਹੀ ਹੋਏ, 12-13 ਦਿਨ ਪਹਿਲਾਂ ਨਾ ਸਾਡੀ ਚੰਡੀਗੜ੍ਹ ਗੁਰਪ੍ਰੀਤ ਘੁੱਗੀ ਦੇ ਘਰ ਸਾਡੀ ਮੀਟਿੰਗ ਸੀ। ਉਹ ਬਾਈ ਮੇਰਾ ਇਹ ਜਾਣਦੇ ਕੁਛ, ਤੇ ਬਾਈ ਮਲਕੀਤ ਰੌਣੀ ਦਾ ਇੱਕ ਸੱਜਣ ਕਿਤੇ ਹੋਰ ਜਾ ਰਹੀ ਸੀ ਨਾਲ, ਆ ਉਹ ਤੁਹਾਡੇ ਵਾਂਗੂ ਜਰਨਲਿਸਟ ਸੀ, ਉਹਨੇ ਕਿਸੇ ਸੰਸਥਾ ਅਖਬਾਰ 'ਚ ਕੰਮ ਕੀਤਾ, ਹੁਣ ਕੁਛ ਹੋਰ ਕਰਦਾ ਸੀ, ਤੇ ਆਹ ਗੱਲਾਂ ਵਾਤਾਵਰਨ ਦੀਆਂ ਚੱਲ ਹੀ ਇਹ ਰਹੀ ਸੀ, ਤੇ ਉਹਨੇ ਇੱਕ ਸਿਰੇ ਦੀ ਐਗਜ਼ਾਮਪਲ ਇਹ ਸੁਣਾਈ, ਕਹਿੰਦਾ ਡਾਕਟਰ ਸਾਹਿਬ ਵੀ ਮੈਂ 12 ਸਾਲ ਕਹਿੰਦਾ ਐਜ਼ ਏ ਜਰਨਲਿਸਟ ਕੰਮ ਕੀਤਾ, ਕਹਿੰਦਾ ਸਾਡੇ ਇੱਕ ਫਲਾਨਾ, ਮੈਂ ਉਹਦਾ ਨਾਂ ਤਾਂ ਨਹੀਂ ਲਊਂਗਾ, ਵੀ ਫਲਾਨਾ ਇੱਕ ਐਜੂਕੇਸ਼ਨ ਇੰਸਟੀਚਿਊਟ ਆ, ਉਹਨਾਂ ਦੇ ਜਦੋਂ ਵਾਤਾਵਰਨ ਦਿਵਸ ਮਨਾਇਆ ਜਾਂਦਾ ਸੀ, ਮੈਂ ਕਹਿੰਦਾ 8 ਸਾਲ ਜਾਂਦਾ ਰਿਹਾ, ਤੇ ਕਹਿੰਦਾ ਤੁਸੀਂ ਮੰਨੋਗੇ ਨਹੀਂ 8 ਸਾਲ ਇੱਕੋ ਜਗ੍ਹਾ ਬੂਟਾ ਲਾਉਂਦਾ ਰਹੇ, ਉੱਥੇ ਫੋਟੋ ਖਿੱਚੀ ਜਾਂਦੀ ਸੀ, ਅਗਲੇ ਸਾਲ ਨੂੰ ਮਰ ਜਾਂਦੇ। ਮੈਂ 3-4 ਸਾਲ ਕਹਿੰਦਾ, ਫਿਰ ਮੈਂ ਜਾ ਕੇ ਆਪ ਹੀ ਕਹਿੰਦਾ ਅੱਛਾ ਕੋਈ ਲਓ ਟੂਆ ਦਾ, ਮੈਨੂੰ ਪਤਾ ਕਿੱਥੇ ਆਜੋ ਫੋਟੋ ਖਿੱਚਦੇ ਨੇ, ਤੇ ਸਾਡੇ ਲੋਕਾਂ ਦਾ ਇਹ ਹਾਲ ਹੀ ਹੋਇਆ। ਸਹੀ ਹੈ, ਰਵਾਇਤੀ ਬੂਟੇ ਨੂੰ ਤੁਸੀਂ ਕਿਹੜੇ ਬੂਟੇ ਲਾਉਣੇ ਚਾਹੀਦੇ ਜੇ ਆਪਾਂ ਗੱਲ ਕਰੀਏ, ਜਿਹੜਾ ਨਿੰਮ ਟਾਲੀ ਨੇ ਜਾਂ
ਇਹ ਬੜੇ ਫੈਸ਼ਨ 'ਚ ਆ ਜੀ ਨੇਟਿਵ ਟ੍ਰੀ, ਅੱਜ ਕੱਲ੍ਹ ਸਾਰੀਆਂ ਸੰਸਥਾਵਾਂ ਨੇ ਲੱਗੀਆਂ ਹੋਈਆਂ ਨੇ। ਰਵਾਇਤੀ ਜਦੋਂ ਪੰਜਾਬ ਦੇ ਰਵਾਇਤੀ ਰੁੱਖਾਂ ਦੀ ਗੱਲ, ਉਹ ਕੱਲ੍ਹ ਹੀ ਕਿਸੇ ਮਿੱਤਰ ਨੇ ਕੋਈ ਇੱਕ ਲਿਸਟ ਭੇਜੀ ਹੈ ਨਾ ਕਿ ਵੀ ਆਹ ਬੂਟੇ ਫਲਾਣੇ 70-80 ਬੂਟਿਆਂ ਦੀ ਲਿਸਟ ਸੀ, ਉਹਦੇ ਵਿੱਚ ਉਹ 75-70 ਬੂਟਿਆਂ ਦੇ ਵਿੱਚੋਂ ਘੱਟੋ ਘੱਟ 50% ਜਿਹੜੇ ਬੂਟੇ ਸੀ ਉਹ ਪੰਜਾਬ ਦੇ ਨੇਟਿਵ ਵੀ ਹੈਗੇ। ਫਿਰ ਨੇਟਿਵ ਦੇ ਵਿੱਚੋਂ ਪੰਜਾਬ ਨੂੰ ਅਸੀਂ ਇੱਕੋ ਥਾਂ ਤੇ ਰੱਖ ਕੇ ਨਹੀਂ ਵੇਖ ਸਕਦੇ। ਜਿਹੜਾ ਸਾਡਾ ਪਠਾਨਕੋਟ ਦਾ ਧਾਰ ਬਲਾਕ ਆ, ਆ ਜਨਾਬ ਹੋਰਾਂ ਨੇ ਫੋਰੈਸਟ ਦੇ ਵੱਖ ਵੱਖ ਖਿੱਤਿਆਂ 'ਚ ਕੰਮ ਕੀਤਾ, ਤਾਂ ਉਹ ਜਿਹੜਾ ਧਾਰ ਬਲਾਕ ਦਾ ਫਲੋਰਾ ਉੱਥੋਂ ਦੇ ਬੂਟੇ ਆ ਉਹ ਹੋਰ ਨੇ, ਜਦੋਂ ਅਸੀਂ ਪਟਿਆਲੇ ਵਾਲੀ ਬੈਲਟ 'ਚ ਆ ਜਾਂਦੇ ਹਾਂ ਹੋਰ ਨੇ, ਜਦੋਂ ਸੈਂਟਰਲ ਪੰਜਾਬ 'ਚ ਆ ਜਾਂਦੇ ਹੋਰ ਆ, ਅਤੇ ਜਦੋਂ ਸਾਡੇ ਇਸ ਏਰੀਏ 'ਚ ਜਿੱਥੇ ਆਪਾਂ ਹੁਣ ਬੂਟੇ ਲਾਉਣ ਲੱਗੇ ਮਿੱਟੀ ਆਪਾਂ ਚੱਕੀ ਹੈ ਨਾ, ਤਾਂ ਇੱਥੇ ਹੋਰ ਆ। ਜਿਹੜੀਆਂ ਲਿਸਟਾਂ ਸਾਡੇ ਕੋਲ ਬਾਹਰੋਂ ਆ ਜਾਂਦੀਆਂ ਜਾਂ ਅਸੀਂ ਗੂਗਲ ਅਸਲ 'ਚ ਕੀ ਆ ਸਾਰੀ ਜਾਣਕਾਰੀ ਜਿਹੜੀ ਬਜ਼ੁਰਗਾਂ ਤੋਂ ਲੈਂਦੇ ਹਾਂ ਅਸੀਂ ਗੂਗਲ ਆਂਟੀ ਤੋਂ ਲੈਣੀ ਸ਼ੁਰੂ ਕਰਦੇ, ਉਹ ਜਦੋਂ ਅਸੀਂ ਉੱਥੋਂ ਲਿਸਟ ਦੇਖ ਕੇ ਬੂਟੇ ਲਾਉਣੇ ਆ, ਤਾਂ ਫਿਰ ਸਾਨੂੰ ਅਸੀਂ ਫੋਰੈਸਟ ਅਕਸਰ ਹੀ ਫੋਰੈਸਟ ਵਾਲਿਆਂ ਦੇ ਲੋਕ ਬੜਾ ਕਹਿੰਦੇ ਸਾਨੂੰ ਆਹ ਨਹੀਂ ਦਿੰਦੇ, ਉਹ ਜਾ ਕੇ ਇਹਨਾਂ ਤੋਂ ਫੋਕਸਟੇਲ ਪਾ ਮੰਗੀ ਜਾਣਗੇ, ਇਹਨਾਂ ਤੋਂ ਫਾਈਕਸ ਮੰਗੀ ਜਾਣਗੇ। ਯਾਰ ਇਸ ਏਰੀਏ ਦੇ ਬੂਟੇ ਹੈ ਨਹੀਂ, ਉਹ ਜਿਹੜੇ ਨਹਿਰਾਂ ਕੰਢੇ ਨਰਸਰੀਆਂ ਫੋਰੈਸਟ ਡਿਪਾਰਟਮੈਂਟ ਦੀਆਂ ਲੱਗੀਆਂ ਹੋਈਆਂ ਨੇ, ਉਹ ਬੂਟੇ ਤਿਆਰ ਕਰਦੇ ਜਿਹੜੇ ਜ਼ਿਆਦਾਤਰ ਇੱਥੇ ਸਾਡੇ ਹੁੰਦੇ ਆ, ਤਾਂ ਉਹ ਸਾਨੂੰ ਇਹਨਾਂ ਦਾ ਬੜਾ ਸੌਖਾ ਜਿਹਾ ਤਰੀਕਾ। ਤੁਸੀਂ ਕੁਦਰਤੀ ਰੂਪ 'ਚ ਜਿਹੜੀ ਸਿਲੈਕਸ਼ਨ ਹੈ, ਜਿਹੜੀ ਕਿਸੇ ਵੀ ਸ਼ਹਿਰ ਜਾਂ ਪਿੰਡ ਦੇ ਆਸ ਪਾਸ ਕੋਈ ਇੱਕ ਅੱਧੀਆਂ ਪੁਰਾਣੀਆਂ ਝੁੜੀਆਂ ਚਾਹੇ ਖਤਮ ਹੋ ਗਈਆਂ ਨੇ ਜਾਂ ਪੁਰਾਣੇ ਰੁੱਖ ਲੱਗੇ ਹੋਏ, ਉੱਥੇ ਜਾ ਕੇ ਦੇਖੋ ਜੋ ਬੂਟੇ ਚੱਲ ਰਹੇ ਆ ਉੱਥੋਂ ਦੇ ਰੇਟ ਨੂੰ, ਪਰ ਉਹਦੇ ਵਿੱਚੋਂ ਕੁਛ ਨਾ ਕੁਛ ਤਕਨੀਕੀ ਮੁੱਦਾ, ਜਿਵੇਂ ਹੁਣ ਵਿਦ ਟਾਈਮ ਸਾਡੇ ਕੋਲ ਪਹਾੜੀ ਕਿੱਕਰ ਬਹੁਤ ਆ ਗਈ ਹੈ ਨਾ, ਉਹੋ ਜਿਹੀਆਂ ਚੀਜ਼ਾਂ ਦੇ ਲਈ ਸਾਨੂੰ ਤਕਨੀਕੀ ਮਾਹਰ ਵਿੱਚ ਇਨਵੋਲਵ ਕਰਨੇ ਚਾਹੀਦੇ ਹੁੰਦੇ ਆ। ਉਹ ਅਕਸਰ ਹੀ ਸਾਡਾ ਕੰਮ ਦੂਜਾ ਇਹ ਹੁੰਦਾ ਕਿ ਬਸ ਜੋ ਜਿਵੇਂ ਉਹ ਫਾਰਮੇਸੀ ਵਾਲੀ ਦੁਕਾਨ ਤੇ ਕੋਈ 6 ਮਹੀਨੇ ਮੇਰੇ ਵਰਗਾ ਲਾ ਲੈਂਦਾ, ਕਹਿੰਦਾ ਲੈ ਡਾਕਟਰ ਨੂੰ ਕੀ ਪਤਾ, ਮੈਨੂੰ ਪਤਾ ਸਿਰ ਦੁਖਦੇ ਦੀ ਕਿਹੜੀ ਗੋਲੀ ਹੈ, ਜੇ ਥੋੜਾ ਦੁਖਦਾ ਪੈਰਾਸੀਟਾਮੋਲ ਦੇ ਦਿਓ, ਜ਼ਿਆਦਾ ਦੁਖਦਾ ਤੇ ਡੋਲੋ ਦੇ ਦਿਓ। ਪਰ ਉਹ ਇੱਕ ਤਕਨੀਕੀ ਜਿਹੜਾ ਬੰਦਾ ਉਹਦਾ ਗਿਆਨ ਹੁੰਦਾ, ਉਹਦਾ ਵੈਲਿਊ ਹੁੰਦੀ ਆ, ਉਹ ਸਾਨੂੰ ਦੇਣੀ ਚਾਹੀਦੀ। ਵਿਦੇਸ਼ੀ ਪੌਦਿਆਂ ਤੋਂ ਜੇ ਆਪਾਂ ਕਰੀਏ ਸਾਨੂੰ ਵੀ ਆਪਾਂ ਪ੍ਰੇਜ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ? ਦੇਖੋ ਜੀ, ਵਿਦੇਸ਼ੀ ਪਹਿਲੀ ਗੱਲ ਤਾਂ ਕਿਸੇ ਵੀ ਖਿੱਤੇ ਦੇ ਵਿੱਚ ਜਿਹੜੀ ਨੇਟਿਵ ਦੀ ਇੰਪੋਰਟੈਂਸ ਆ, ਹੁਣ ਨਿੰਮ ਦਾ ਕੋਈ ਤੋੜ ਨਹੀਂ ਹੈਗਾ, ਠੀਕ ਹੈ। ਡੈਫੀਨੇਟਲੀ ਤੁਸੀਂ ਕੋਈ ਪੈਲਸ ਬਣਾ ਰਹੇ ਹੋ, ਕੋਈ ਲਗਜ਼ਰੀ ਕੋਈ ਵਿਲਾ ਬਣਾ ਰਹੇ ਹੋ, ਉਹਦੇ ਵਿੱਚ ਤੁਸੀਂ ਕੋਈ ਡਿਜ਼ਾਈਨ ਦੇ ਲਈ ਲੈਂਡਸਕੇਪ ਦੇ ਵਿੱਚ ਕੋਈ ਬੂਟੇ ਯੂਜ ਕਰਨੇ ਵਿਦੇਸ਼ੀ ਕਰ ਸਕਦੇ ਹੋ, ਬਟ ਉਹਦੇ ਵਿੱਚ ਵੀ ਇਹ ਸੋਚ ਕੇ ਕਰੋ ਕਿ ਇਸ ਖਿੱਤੇ 'ਚ ਕਿਹੜੇ ਹੋ ਸਕਦੇ ਆ। ਨਹੀਂ ਤਾਂ ਨਰਸਰੀ ਵਾਲੇ ਤੁਹਾਨੂੰ ਇੱਕ ਵਾਰੀ ਸਮੁੰਦਰੀ ਇਲਾਕਿਆਂ ਵਾਲੇ ਕੋਸਟਲ ਏਰੀਆ ਵਾਲੇ ਬੂਟੇ ਪਾਮ ਦੇ ਕੇ ਲਾ ਦੇਣਗੇ, ਪਰ ਸਾਲ 6 ਮਹੀਨੇ ਬਾਅਦ ਤੁਸੀਂ ਦੇਖੋਗੇ ਵੀ ਉਹ ਸਿਰ ਸੁੱਟ ਕੇ ਖਤਮ ਹੋ ਜਾਣਾ।